ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਅਗਵਾਈ ਦੇ ਵਿੱਚ ਪੰਜਾਬ ਦੇ ਜਿਹੜੇ ਕੰਟਰੈਕਟ ਦੇ ਆਧਾਰ ਤੇ ਕੰਮ ਕਰ ਰਹੇ ਸਾਡੇ ਕਾਮੇ ਨੇਗੇ ਵਰਕਰ ਨੇਗੇ ਉਹਨਾਂ ਨੂੰ ਕਿਵੇਂ ਪੱਕੇ ਕਰਨਾ ਕੋ ਸਬੰਧਿਤ ਕਮੇਟੀ ਬਣਾਈ ਸੀ ਕਮੇਟੀ ਦੀ ਮੀਟਿੰਗਾਂ ਜਿਹੜੀਆਂ ਲਗਾਤਾਰ ਜਾਰੀ ਨੇਗੀਆਂ ਕੱਲ ਵੀ ਇੱਕ ਕਮੇਟੀ ਦੀ ਮੀਟਿੰਗ ਹੈਗੀ ਸੋ ਬਿਲਕੁਲ ਜਲਦੀ ਜਿਹੜੀ ਆ ਖੁਸ਼ਖਬਰੀ ਉਹਨਾਂ ਸਾਰੇ ਕਾਮਿਆਂ ਨੂੰ ਮਿਲੂਗੀ ਜਿਹੜੇ ਐਲੀਜੀਬਲ ਨੇ ਜਿਹੜੇ ਯੋਗ ਨੇਗੇ ਸਾਡੀ ਕਮਿਟਮੈਂਟ ਸੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਗਰੰਟੀ ਦਿੱਤੀ ਸੀਗੀ ਕਿ 36,000 ਕਾਮੇ ਜਿਹੜੇ ਨੇਗੇ ਜਿਹੜੇ ਯੋਗ ਨੇ ਐਲੀਜੀਬਲ ਨੇ ਪੱਕੇ ਹੋਣਗੇ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਜਲਦੀ ਜਿਹੜੀ ਆ ਅਸੀਂ ਉਹਨਾਂ ਨੂੰ ਪੱਕੇ ਕਰਾਂਗੇ ਬਹੁਤ ਸਾਰੀਆਂ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਨੇਗੀਆਂ ਬਹੁਤ ਸਾਰੇ ਡਿਪਾਰਟਮੈਂਟਾਂ ਦੇ ਆਪਣੇ ਆਪਣੇ ਰੂਲ ਨੇਗੇ ਉਹਨਾਂ ਰੂਲਾਂ ਦੇ ਤਹਿਤ ਉਹਨਾਂ ਜਿਹੜੀਆਂ ਗਾਈਡਲਾਈਨ ਦੇ ਤਹਿਤ ਜਿਹੜਾ ਸਾਡੀ ਕਮੇਟੀ ਜਿਹੜੀ ਆ ਉਹ ਵਰਕ ਕਰ ਰਹੀ ਆ ਜਿਹੜੇ ਉਸ ਕਸਵੱਟੀ ਤੇ ਖਰੇ ਉੱਤਰ ਰਹੇ ਨੇਗੇ ਉਹਨਾਂ ਸਾਰਿਆਂ ਨੂੰ ਅਸੀਂ ਪੱਕੇ ਕਰਾਂਗੇ ਔਰ ਲਗਭਗ ਉਹਨਾਂ ਦੀ ਗਿਣਤੀ ਜਿਹੜੀ ਆ 36,000 ਪੰਜਾਬੀ ਜੁੜੀ ਪਾਸੀ ਜਿਹੜਾ ਹੈਗਾ ਜੀ सालाना ग्रांट 200 करोड़ रुपए का दी है और दूजा जो है यूनिवर्सिटी के उत्ते 150 करोड़ रुपए का कर्जा चढ़िया होगा तो उस करजे जो है आने वाले समय के जो है उसके बारे भी सोचांगे पर लेकिन असी जी ग्रांट आ हुण एनुअल ग्रांट आ 114 करोड़ तो बढ़ा के 200 करोड़ खजाना जिहड़ा हैगा सैंपल वो भरन लग्गिया हैगा बड़ी ईमानदारी दे नाल साडी एक्साइज दी पॉलिसी बड़े अच्छे तरीके दे नाल उहदे विचों रेवन्यू आ रिहा है और GST दी कलैक्शन जिहड़ी है GST दे विच वधिया क्योंकि पिछले 5 सालां दे विच जिहड़ी GST दी कलैक्शन होनी चाहीदी सी जो वाधा होना चाहीदा सी अनफॉर्चुनेटली वो नहीं होया ਪੁਰਾਣੀਆਂ ਸਰਕਾਰਾਂ ਨੇ ਯਤਨ ਨਹੀਂ ਕੀਤਾ ਸਿਰਫ ਜਿਹੜਾ ਗਵਰਨਮੈਂਟ ਆਫ ਇੰਡੀਆ ਕੰਪਨਸੇਸ਼ਨ ਦਿੰਦੀ ਸੀਗੀ ਉਹਦੇ ਤੇ ਡਿਪੈਂਡ ਕਰਦੇ ਰਹੇ ਤਾਂ ਅੱਜ ਮੈਂ ਸਮਝਦਾ ਖਜ਼ਾਨੇ ਦੀ ਹਾਲਾਤ ਤੇ ਸੂਬੇ ਦੇ ਆਰਥਿਕ ਹਾਲਤ ਵੱਧ ਤੋਂ ਬਦਤਰ ਹੋ ਜੂ ਐਕਸਾਈਜ਼ ਦਾ ਕਿੰਨਾ ਕੁ ਪਰਿਆ ਮਾਰੀ ਹੈ ਸਰ ਪਿਛਲੇ ਜਿਹੜੇ ਪਿਛਲਾ ਸਾਲ ਦੇ ਵਿੱਚ ਲਗਭਗ 62 ਕਰੋੜ ਰੁਪਏ ਦੀ ਕਲੈਕਸ਼ਨ ਹੋਈ ਸੀਗੀ 62 ਕਰੋੜ ਰੁਪਏ ਟੀਚੇ ਮਿੱਤੇ ਗਏ ਤੇ ਇਸ ਵਾਰ ਜਿਹੜਾ ਹੈਗਾ ਅਸੀਂ 9600 ਕਰੋੜ ਰੁਪਏ ਦੇ ਟੀਚੇ ਮਿੱਤੇ ਨੇਗੇ ਔਰ ਸਕਸੈਸਫੁਲੀ ਸਾਡੀ ਜਿਹੜੀ ਆ ਉਹ ਪਾਲਿਸੀ ਕਰਨਾ ਅੱਜ ਦੀ ਫੇਰੀ ਜਿਹੜੀ ਤੁਹਾਡੀ ਪਟਿਆਲੀ ਬਿਲਕੁਲ ਅੱਜ ਮੈਨੂੰ ਮੈਂ ਇੰਚਾਰਜ ਆਂਗਾ ਪਟਿਆਲਾ ਡਿਸਟ੍ਰਿਕਟ ਦਾ ਔਰ ਜਿੰਨੇ ਵੀ ਜਿਹੜੇ ਸਰਕਾਰ ਦੇ ਕੰਮ ਚੱਲ ਰਹੇ ਨੇਗੇ ਉਹ ਕਿਸ ਸਟੇਜ ਤੇ ਪਹੁੰਚੇ ਨੇਗੇ ਕਦੋਂ ਮੁਕੰਮਲ ਹੋਣਗੇ ਉਹਦੀ ਜਿਹੜੀ ਸਮੀਖਿਆ ਕਰਨ ਦੇ ਲਈ ਸਾਰੇ ਅਫਸਰ ਸਾਹਿਬਾਂ ਦੀ ਮੀਟਿੰਗ ਬੁਲਾਈ ਆ ਤਾਂ ਕਿ ਜਿਹੜੇ ਕੰਮ ਨੇ ਸਮੂਥਲੀ ਜਿੰਨੇ ਪ੍ਰੋਜੈਕਟ ਗਵਰਨਮੈਂਟ ਆਫ ਪੰਜਾਬ ਦੇ ਚੱਲ ਰਹੇ ਨੇ ਗਵਰਨਮੈਂਟ ਆਫ ਇੰਡੀਆ ਦੇ ਚੱਲ ਰਹੇ ਨੇ ਕਿ ਜਿਹੜੇ ਵੀ ਪ੍ਰੋਜੈਕਟ ਚੱਲ ਰਹੇ ਨੇਗੇ ਉਹਨਾਂ ਦੀ ਜਿਹੜੀ ਮੌਜੂਦਾ ਸਥਿਤੀ ਕੀ ਆ ਉਹਦਾ ਜਾਇਜ਼ਾ